ਨਸ਼ੇੜੀਆਂ ਨੂੰ ਨਸ਼ੇ ਤੋਂ ਰੋਕੋ ਤਾਂ ਵੇਖੋ ਕੀ ਕਰਦੇ ਨੇ ਹਾਲ। ਇਸ ਪਰਿਵਾਰ ਦੇ ਰੋਕਣ ਤੇ 15 ਤੋਂ 20 ਨੌਜਵਾਨ ਵੜੇ ਘਰ ਦੇ ਵਿੱਚ, ਤੇਜ਼ ਤਰ ਹਥਿਆਰਾਂ ਦੇ ਨਾਲ ਕੀਤਾ ਘਰ ਤੇ ਹਮਲਾ। ਦੱਸਦੇ ਕਿ ਨਸ਼ੇੜੀਆਂ ਨੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਵੈਸੇ ਤਾਂ ਆਮ ਲੋਕ ਇਹਨਾਂ ਤੋਂ ਦੂਰ ਹੀ ਰਹਿੰਦੇ ਨੇ, ਪਰ ਜਦੋਂ ਇਹ ਉਹਨਾਂ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਨਸ਼ਾ ਕਰਦੇ ਨੇ ਤਾਂ ਆਮ ਲੋਕ ਇਹਨਾਂ ਨੂੰ ਰੋਕਦੇ ਜ਼ਰੂਰ ਨੇ, ਜਿਸ ਤੋਂ ਬਾਅਦ ਇਹ ਨਸ਼ੇੜੀ ਫਿਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੰਦੇ ਨੇ, ਜਿਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਨਸ਼ੇੜੀਆਂ ਦੇ ਵੱਲੋਂ ਇਸ ਘਰ ਤੇ ਹਮਲਾ ਕੀਤਾ ਗਿਆ। ਇਹਨਾਂ ਨਸ਼ੇੜੀਆਂ ਨੂੰ ਨਸ਼ੇ ਕਰਨ ਤੋਂ ਰੋਕਿਆ ਗਿਆ ਸੀ ਤੇ ਫਿਰ ਇਹ 15 ਤੋਂ 20 ਹਮਲਾਵਰ ਲੈ ਕੇ ਆਉਂਦੇ ਨੇ ਤੇ ਘਰ ਤੇ ਤੇਜ਼-ਤਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਦੱਸਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਰਿਵਾਰ ਨੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਿਆ। ਦੱਸਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਰਿਵਾਰ ਨੂੰ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਰੋਕਣਾ ਮਹਿੰਗਾ ਪੈ ਗਿਆ, ਜਿਸ ਤੋਂ ਬਾਅਦ ਇਹਨਾਂ ਵੱਲੋਂ ਤੇਜ਼-ਤਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਇਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਬੜੀ ਮੁਸ਼ਕਿਲ ਦੇ ਨਾਲ ਇਸ ਪਰਿਵਾਰ ਨੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹਨਾਂ ਵੱਲੋਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤੇ ਦੱਸਿਆ ਗਿਆ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਇਹ ਨੌਜਵਾਨ ਨਸ਼ਾ ਕਰਦੇ ਨੇ ਅਤੇ ਚੋਰੀ ਦਾ ਸਮਾਨ ਵੀ ਵੇਚਦੇ ਨੇ। ਭਾਜੀ ਮੇਰੇ ਨਾ ਇੱਥੇ ਗਵਾਂਢ ਦੇ ਵਿੱਚ ਤੇ ਇੱਥੇ ਚੌਂਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ। ਚਲੋ ਚੌਂਕ 'ਚ ਪਿੱਛੇ ਚੌਂਕ 'ਚ ਹੁੰਦਾ ਹੈਗਾ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਆ ਸਾਡੇ ਗਵਾਂਢ ਦੇ ਵਿੱਚ ਨਾ ਇੱਕ ਨਾ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ। ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲਾਉਂਦੇ ਆ ਜੀ, ਸ਼ਰੇਆਮ ਟੀਕੇ ਲਾਉਂਦੇ ਆ। ਇੱਥੇ ਜੋ ਵੀ ਗੈਰ ਕਾਨੂੰਨੀ ਕੰਮ, ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ। ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਭੀੜ ਵੀ ਹੱਦੋਂ ਜ਼ਿਆਦਾ। ਉਹ 2-3 ਵਾਰੀ ਪਹਿਲੇ ਵੀ ਟੋਕਿਆ ਭਾਜੀ, ਠੀਕ ਹੈ ਜੀ, ਨਹੀਂ ਟਲਦੇ ਹੈਗੇ ਲੋਕ ਇਹ, ਅਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ। ਇੱਥੇ ਮੁੰਡੇ ਸੀਗੇ 3-4 ਬੈਠੇ, ਮੈਂ ਕਿਹਾ ਤੁਸੀਂ ਇੱਥੇ ਫਾਲਤੂ ਨਹੀਂ ਬੈਠਣਾ ਕਿਸੇ ਨੇ ਵੀ ਜੀ। ਭਾਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾਂ ਨਾਲ, ਡੰਡਿਆਂ ਨਾਲ, ਇੱਟਾਂ ਨਾਲ। ਆਹ ਦੇਖੋ ਪਿੱਛੇ ਆ, ਆਹ ਦੇਖੋ ਜੀ, ਆਹ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ। ਮੇਰਾ ਫੈਮਿਲੀ ਸਮੇਤ ਸੀਗਾ, ਆਪਣੇ ਘਰੇ ਬੈਠਾ ਪਿਆ। ਕੰਡੀਸ਼ਨ ਦੇਖੋ, ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ, ਤੇ ਘਰੇ ਆਣ ਕੇ ਇੱਟਾਂ ਨਾਲ, ਡੰਡਿਆਂ ਨਾਲ ਤੇ ਦਾਤਰਾਂ ਨਾਲ ਹਮਲਾ ਕੀਤਾ ਜੀ ਇਹਨਾਂ ਨੇ। ਮੈਂ ਬੱਚਿਆਂ ਨੂੰ, ਆਪਣਿਆਂ ਨੂੰ ਬੜੀ ਮੁਸ਼ਕਿਲ ਮੈਂ ਬਚਾਇਆ ਅੰਦਰੋਂ। ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆਹ ਬੁਰਾ ਹਾਲ ਹੋ ਚੁੱਕਾ ਵੈ। ਪੁਲਿਸ ਨੂੰ ਕਦੀ, ਪੁਲਿਸ ਨੂੰ PCR ਨੂੰ ਕਈ ਵਾਰੀ ਕੰਪਲੇਂਟ ਕੀਤੀ ਹੈ ਜੀ, ਠੀਕ ਹੈ ਜੀ। ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣੇ ਬੰਦ ਹੋ ਜਾਣੇ। ਥਾਣਾ ਸਿਟੀ ਤੇ ਕੰਪਲੇਂਟ ਕੀਤੀ? ਹਾਂਜੀ, ਮੈਂ ਥਾਣਾ ਸਿਟੀ ਹੁਣ ਕੰਪਲੇਂਟ ਕਰਕੇ ਆਇਆ ਜੀ। ਪਹਿਲਾਂ ਕਦੀ ਦਿੱਤੀ ਹੋਵੇ? ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ, ਕਿਉਂਕਿ ਪਹਿਲਾਂ 2-3 ਵਾਰੀ ਟੋਕਿਆ ਮੈਂ, ਤੇ ਚਲੋ ਠੀਕ ਰਿਹਾ, ਕੋਈ ਮੈਨੂੰ ਮੁਸ਼ਕਲ ਨਹੀਂ ਸੀਗੀ ਕੋਈ। ਤੇ ਅੱਜ ਤੇ ਹੱਦੋਂ ਵੱਧ ਕੰਮ ਹੋ ਗਿਆ ਨਾ, ਅੱਜ ਤੇ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ। ਕਾਨੂੰਨ ਦੇ ਕੋਲੋਂ, ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਵਾ, ਪਹਿਲਾਂ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ, ਠੀਕ ਹੈ ਜੀ। ਆਹ ਜਿਹੜੇ ਨਸ਼ੇ ਵੇਚਦੇ ਨੇ ਇੱਥੇ, ਨੰਬਰ 2 ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦਿੱਤੇ ਇਸ ਤਰ੍ਹਾਂ ਆਣ ਕੇ। ਤੁਹਾਡੇ ਕੋਲ ਕੋਈ ਸਬੂਤ ਹੈ ਜੀ ਨਸ਼ੇ ਵੇਚਣ ਦੇ ਇੱਥੇ? ਹਾਂਜੀ ਬਿਲਕੁਲ ਬਿਲਕੁਲ, ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ। ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ, ਮੈਂ ਸਬੂਤ ਦੇ ਸਕਦਾ ਵਾਂ। ਇੱਕ ਕੁੜੀ ਆ ਤੇ ਇੱਕ ਬੁੱਢੀ ਆ, ਉਹ ਨਾਲ ਬੰਦਿਆਂ ਦੇ ਖੇਡਦੀ ਆ ਜੂਏ, ਟੀਕੇ ਲਾਉਂਦੇ, ਸਾਹਮਣੇ ਟੀਕੇ ਲਾਉਂਦੇ, ਚਿੱਟਾ ਵੇਚਦੇ, ਚੋਰੀ ਦਾ ਸਮਾਨ ਵੀ ਵੇਚਦੇ। ਅਸੀਂ ਉੱਧਰ ਧਿਆਨ ਨਹੀਂ ਮਾਰਦੇ, ਉਹ ਜਦੋਂ ਗੰਦ ਬੋਲਦੇ ਅਸੀਂ ਆਉਂਦੇ ਹਾਂ ਵੀ ਇੱਥੇ ਗੰਦ ਨਾ ਬੋਲੋ, ਅਸੀਂ ਲਾਗੇ ਬਹਿੰਦੇ ਹਾਂ, ਚੰਗਾ ਨਹੀਂ ਲੱਗਦਾ ਸਾਨੂੰ, ਅਸੀਂ ਇਹੋ ਜਿਹੇ ਬੰਦੇ ਨਹੀਂ।
ਹੈ ਸਾਨੂੰ ਰੋਟੀ ਖਾ ਲੈਣ ਦਿਆ ਕਰੋ, ਅਸੀਂ ਰੋਟੀ ਖਾਣ ਉੱਤੇ ਚੜੀਦਾ ਹੈ। ਉਹ ਕਹਿੰਦੇ ਉਹ ਗਾੜੀਆਂ ਪੇ ਇਸ ਤਰ੍ਹਾਂ ਸਾਡੇ ਚੰਗਾ ਮਾੜਾ ਸਾਨੂੰ ਬੋਲਦੇ ਆ। ਅੱਜ ਕੀ ਹੋਇਆ? ਅੱਜ ਇਹੋ ਹੋਇਆ ਵੀ ਇਹ ਮੁੰਡੇ ਨੇ ਟੱਕਿਆ ਤੇ ਉਹ ਆਣ ਕੇ ਦਫ਼ਤਰ ਲੈ ਕੇ ਪੈ ਗਏ। ਇਹਨੇ ਆਖਿਆ ਵੀ ਇੱਥੇ ਬਹਿਣਾ ਨਹੀਂ, ਇੱਥੇ ਨਾ ਸ਼ੋਰ ਮਚਾਇਆ ਕਰੋ ਹੈਂ, ਤੇ ਤੁਸੀਂ ਇਹ ਕੰਮ ਨਾ ਕਰੋ ਜਿਹੜੇ ਕਰਦੇ ਜੇ ਮਾੜੇ, ਇਹ ਨਸ਼ੇ ਪੱਤੇ ਵੇਚ ਜਾਓ। ਵਹੁਟੀ ਦੇ ਵੱਜਾ ਰੋੜਾ ਵੱਜਾ, ਵਹੁਟੀ ਦੇ ਇੱਟ ਵੱਜੀ ਉਹਦੇ ਪੈਰ ਤੇ, ਇੱਕ ਦੇ ਹੱਥ ਤੇ ਬਾਂਹ ਤੇ ਉਹਦੇ ਗੁੱਜੀ ਸੱਟ ਲੱਗੀ। ਬਾਰ ਬਾਰ ਮਤਲਬ ਭਾਜੀ ਦੇ ਟੋਕਣ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਭਾਜੀ ਤੇ ਬੋਲਣ ਤੇ ਕਿ ਤੁਸੀਂ ਨਾ ਗੰਦੀਆਂ ਗਾਲਾਂ ਕੱਢੋ, ਤੇ ਮਤਲਬ ਕਿ ਆ ਕੇ ਭਾਜੀ ਹੁਣਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਦੇ ਘਰ ਕਿਰਾਏ ਤੇ, ਹਾਂਜੀ ਨਸ਼ਾ ਵੇਚਦੇ ਆ, ਤੇ ਉੱਪਰ ਵੀ ਬਾਅਦ ਵਿੱਚ ਲੱਗੇ ਹੋਏ ਟੀਕੇ ਲਗਾਉਂਦੇ ਪਏ ਸੀ। ਭਾਜੀ ਜਾ ਕੇ ਬੋਲਣ ਲੱਗ ਗਏ ਕਿ ਤੁਸੀਂ ਗਾਲਾਂ ਨਾ ਕੱਢੋ, ਚਲੋ ਤੁਸੀਂ ਜੋ ਕਰਦੇ ਕਰੀ ਜਾਓ, ਤੇ ਉਹ ਬੋਲਣ ਲੱਗ ਗਏ। ਅੱਗੋਂ ਬਾਅਦ ਵਿੱਚ ਘਰੇ ਥੱਲੇ ਆ ਕੇ ਭਾਜੀ ਤੇ ਗਾਲ ਪੈ ਗਏ ਕਾਫੀ, ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ। ਤਕਰੀਬਨ ਸਰ ਟਾਈਮ ਹੋਣੀ ਆ 12:30, ਇੰਨਾ ਕੁ ਟਾਈਮ ਸੀ ਹਾਂਜੀ। ਤੇ ਬਹੁਤ ਜ਼ਿਆਦਾ ਗੰਦੀ ਲੈਂਗੁਏਜ ਬੋਲ ਕੇ, ਬਹੁਤ ਮਤਲਬ ਕਿ ਸਾਰੇ ਧੱਕਾ ਮੁੱਕੀ ਕਰਕੇ, ਤੇ ਅੰਦਰ ਉੱਪਰ ਦੀ ਵੀ ਰੋੜੇ ਸੁੱਟੇ ਤੇ ਇੱਧਰੋਂ ਵੀ, ਹਾਂਜੀ।